ਹਾਂਜੀ, ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਸਾਰਿਆਂ ਦੋਸਤਾਂ ਨੂੰ। ਹੋਰ ਬਾਈ ਜੀ, ਗਰਮੀ ਬਹੁਤ ਪੈ ਰਹੀ ਹੈ। ਹੋਰ ਕਬੂਤਰ ਸਾਰਿਆਂ ਨੇ ਪਾਈਆਂ, ਠੀਕ ਠਾਕ ਨੇ ਬਾਈ? ਹਾਂਜੀ, ਤੁਸੀਂ ਕੀ ਕਰਨਾ, ਜਿਹੜੇ ਕਬੂਤਰ ਹੁਣ ਗਰਮੀ 'ਚ ਜੋੜੇ ਵਾਲੇ ਨੇ ਜਾਂ ਕਬੂਤਰ ਲੱਗ ਰੱਖੇ ਹੋਏ ਨੇ, ਉਹਨਾਂ ਲਈ ਤੁਸੀਂ ਕੀ ਕਰਨਾ ਵਾ, 1 ਲੀਟਰ ਪਾਣੀ ਲੈਣਾ ਵਾ ਅਤੇ 1/2 ਚਮਚ ORS ਦਾ ਘੋਲਣਾ ਵਾ, ਠੀਕ ਹੈ ਜੀ। ਜਾਂ ਤੁਸੀਂ ਇਲੈਕਟਰਾ ਪਾਊਡਰ ਲੈ ਸਕਦੇ ਹੋ, ਸੇਮ ਆ, ਆਮ ਸਾਦੇ ਮੈਡੀਕਲ ਤੋਂ ਤੁਹਾਨੂੰ ਮਿਲ ਜੂਗਾ। ਅਤੇ ਤੁਸੀਂ ਉਹਨੂੰ ਜਿਹੜਾ ਪਾਣੀ ਤੁਸੀਂ ਲੈਣਾ ਉਹ ਗਰਮ ਲੈਣਾ ਵਾ, ਥੋੜ੍ਹਾ ਕੋਸਾ ਜਿਹਾ ਮੈਂ ਗਰਮ ਕਰ ਲਿਆ, ਕੋਸਾ ਹੋਵੇ ਇਹਦੇ ਵਿੱਚ ਪਾ ਦਿਓ 1/2 ਚਮਚ 1 ਲੀਟਰ ਪਾਣੀ 'ਚ। ਅਤੇ ਤੁਸੀਂ ਆਪਣੇ ਹਿਸਾਬ ਨਾਲ ਪਾਣੀ ਵਧਾ ਸਕਦੇ ਹੋ, ਚਮਚ ਵਧਾ ਸਕਦੇ ਹੋ, ਠੀਕ ਹੈ ਜੀ। ਅਤੇ ਤੁਸੀਂ ਸਵੇਰ ਟਾਈਮ ਪਾਉਣਾ ਵਾ, ਸ਼ਾਮ ਨੂੰ ਚੱਕ ਲੈਣਾ ਵਾ ਅਤੇ ਸ਼ਾਮ ਨੂੰ ਸਾਬਣੀ ਸਾਫ਼ ਪਿਲਾ ਲੈਣਾ, ਠੀਕ ਹੈ ਜੀ। ਅਤੇ ਜਾਂ ਤੁਸੀਂ ਗਲੂਕੋਨ ਡੀ ਪਿਲਾ ਸਕਦੇ ਹੋ, ਉਹ ਵੈਸੇ ਪਾਣੀ ਵਿੱਚ ਪਾ ਕੇ ਡੇਲੀ ਚਾਹੇ ਪਿਲਾ ਸਕਦੇ ਹੋ, 1/2 ਚਮਚ 1 ਲੀਟਰ ਪਾਣੀ 'ਚ 1 ਚਮਚ, ਠੀਕ ਹੈ ਜੀ। ਅਤੇ ਬਾਕੀ ਤੁਹਾਡੇ ਕਬੂਤਰ ਜੇ ਬਿੱਠਾਂ ਬੁੱਠਾਂ ਗਲਤ ਕਰਦੇ ਆ, ਹਰੀਆਂ ਹਰੀਆਂ ਭੇੜੀਆਂ, ਉਹ ਵੀ ਠੀਕ ਹੋ ਜਾਣਗੇ। ਚੰਗਾ ਜੀ, ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।